रहमान रहीम। अस्सलाम वालेकुम सब बहनों और भाइयों को, उम्मीद करता हूँ आप सब ठीक हो। आज का व्लॉग शुरू करते हैं। मैं अली हूँ उठाया गा कि बच्चे ने आज स्कूल नहीं जाना है, इस करके मैं थोड़ा लेट उठाया गा क्योंकि हफ्ता इतवार छुट्टी होती बच्चे ने। तो नसीम ही हूँ उठी है कि मैनू नाश्ता बना देगी, मैं काम पर जाना ना, मैनू इतवार की छुट्टी होंगी, हफ्ते की नहीं होंगी। ਅਤੇ ਬੱਚਿਆਂ ਨੂੰ ਸਿਰਫ ਦੋ ਛੁੱਟੀਆਂ ਹੁੰਦੀਆਂ ਨੇ। ਬੱਚੇ ਹਾਲੀ ਅੱਜ ਸੁੱਤੇ ਹੋਏ ਨੇ ਅਤੇ ਨਸੀਮ ਉੱਠ ਕੇ ਕਹਿੰਦੇ ਮੈਂ ਤਾਂ ਰੋਟੀ ਪਕਾ ਦਿੰਦੀ ਹਾਂ, ਰੋਟੀ ਪਕਾ ਦੇਗੀ ਮੈਂ ਸਕੂਲ ਖਾ ਕੇ ਕੰਮ 'ਤੇ ਚਲਾ ਜਾਵਾਂਗਾ, ਘਰ ਰਹਿਣਗੇ। ਬੱਚੇ ਸੁੱਤੇ ਹੋਏ ਨੇ, ਛੋਟਾ ਉੱਠਿਆ ਹੁਸੈਨ। ਹੁਸੈਨ ਕਿਹੜਾ ਹੈਗਾ, ਖੇਡ ਰਿਹਾ ਹੁਸੈਨ। ਸੁਬਹ ਸੁਬਹ ਹੀ ਉੱਠਿਆ ਹੋਇਆ, ਵੱਡੇ ਉੱਠਦੇ ਨਹੀਂ, ਛੋਟਾ ਟਾਈਮ ਨਾਲ ਹੀ ਉੱਠ ਕੇ ਖੇਡਣ ਲੱਗਾ ਹੋਇਆ। ਕਿੱਦਾਂ ਖੇਡੇ ਖੇਡੇ ਕਰ ਰਿਹਾ ਹੈ, ਖੇਡਦਾ ਪਿਆ, ਖੇਡੇ 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 ਕਰਦਾ, ਅੱਗੋਂ ਗੱਲਾਂ ਕਰਦਾ ਹੈਗਾ, ਖੇਡ ਰਿਹਾ ਨਾ, ਖੇਡਦਾ ਪਿਆ, ਛੋਟਾ। ਅੱਛਾ ਖੇਡ ਰਿਹਾ ਹੀ। ਅਤੇ ਅੰਮੀ ਕਿੱਥੇ ਹੈ ਹੁਸੈਨ, ਅੰਮੀ ਕਿੱਥੇ ਹੀ, ਖੇਡ ਰਹੇ ਹੈ, ਖੇਡੇ ਖੇਡੇ ਕਰੋਗੇ। ਫਰੀਦ ਵੀ ਸੁੱਤਾ, ਅਯਾਨ ਵੀ ਸੁੱਤਾ, ਹੁਸੈਨ ਸਿਰ ਉੱਠਿਆ ਹੈ, ਅਸੀਂ ਦੋਵੇਂ ਉੱਠੇ, ਸਾਡੇ ਨਾਲ ਹੀ ਉੱਠ ਗਿਆ ਹੈ। ਅਤੇ ਇਹਦੇ ਵਾਸਤੇ ਮੈਂ ਦੁੱਧ ਵੀ ਲਿਆਂਦਾ ਸੀ, ਚਲੋ ਬੱਚੇ ਦੁੱਧ ਤਾਂ ਪੀਵੇ ਨਾ, ਕੱਲ੍ਹ ਮੈਂ ਲੈ ਕੇ ਆਇਆ ਇਹਦੇ ਵਾਸਤੇ, ਕਿਉਂਕਿ ਇਹਦੇ ਨਾਲ ਮਹੀਨਾ ਪੈ ਜਾਏਗਾ, ਮਹੀਨਾ ਬੜਾ ਹੀ ਵੱਡਾ ਡੱਬਾ ਲਿਆ। ਨਸੀਮ ਵੀ ਉੱਠ ਗਈ ਹੁਣ, ਇਹ ਵੀ ਮੂੰਹ ਹੱਥ ਧੋ ਕੇ ਦੇ, ਆਟਾ ਸ਼ਾਟਾ ਗੁੰਨੇਗੀ ਅਤੇ ਫਿਰ ਉਸ ਤੋਂ ਬਾਅਦ ਰੋਟੀ ਪਕਾ ਕੇ ਦੇ। ਥੋੜ੍ਹਾ ਜਿਹਾ ਬਾਹਰ ਚੱਲਣੇ ਆ, ਬਾਹਰ ਵੇਖ ਲਈਏ ਬਾਹਰ ਕੀ ਧੁੱਪ ਨਿਕਲੀ ਹੈ ਕਿ ਨਹੀਂ। ਬਾਹਰ ਧੁੱਪ ਨਿਕਲੀ ਹੈ, ਨਸੀਮ ਕਹਿੰਦੀ ਵੀ ਆਪਣੇ ਕੱਪੜੇ ਬੜੇ ਜੁੜੇ ਪਏ ਨੇ, ਮੈਂ ਇੱਕ ਹਫ਼ਤੇ ਨੂੰ ਧੋ ਲਵਾਂਗੇ, ਅੱਜ ਮਸ਼ੀਨ ਲਾ ਲਵਾਂਗੇ ਅਤੇ ਧੋ ਲਵਾਂਗੇ, ਅਤੇ ਅੱਜ ਮੈਂ ਕੰਮ ਤੋਂ ਆਵਾਂਗੇ ਅਤੇ ਮਸ਼ੀਨ ਲਾ ਲਵਾਂਗੇ, ਕੱਪੜਿਆਂ ਵਾਲੀ ਮਸ਼ੀਨ ਲਾਵਾਂਗੇ, ਥੋੜ੍ਹਾ ਸਪੀਡ ਨਾਲ ਕੱਪੜੇ ਧੋਤੇ ਜਾਣਗੇ, ਨਾ ਹੱਥ ਨਾਲ ਟਾਈਮ ਬੜਾ ਲੱਗਣਾ ਹੈਗਾ, ਨਾਲ ਨਾਲ ਧੁੱਪਦੇ ਜਾਣਗੇ ਅਤੇ ਨਾਲ ਨਾਲ ਸਪਿਨਰ ਕਰਕੇ ਜੇ ਸਪਿਨਰ ਵੀ ਹੈਗਾ ਨਾ, ਸਪਿਨਰ ਕੀਤੀ ਜਾਣਗੇ ਉਹ ਸੁੱਕਦੇ ਜਾਣਗੇ। ਇਹ ਹੁਣ ਤੋਂ ਮੂੰਹ ਹੱਥ ਹੁੰਦੀ ਪਈ ਹੈਗੀ, ਮੂੰਹ ਹੱਥ ਹੋ ਗਏ ਅਤੇ ਨਾ ਜਦੋਂ ਮੈਂ ਦੁੱਧ ਲੈਣ ਚੱਲਾ ਹੈਗਾ, ਮੈਂ ਲੈ ਆਇਆ ਹੁਣ ਦੁੱਧ ਅਤੇ ਨਸੀਮ ਕਿਹੜੀ ਹੈਗੀ ਆ ਦੀਦੀ, ਘਰ ਆਟਾ ਹੀ ਗੁੰਨਦੀ ਪਈ ਹੈਗੀ, ਆਟਾ ਗੁੰਨ ਮੇਰੇ ਉਦੋਂ ਹੀ ਵਾਲੀ ਆਟਾ ਹੀ ਗੁੰਨਦੀ, ਮੈਂ ਤਾਂ ਰੋਟੀਆਂ ਹੀ ਪਕਾ ਕੇ ਬੈਠੀ ਹੁਣ,
ਹਲਦੀ ਬੁੰਦੀ ਪੀ ਆਟਾ ਅਤੇ ਅੱਗ ਮੈਨੂੰ ਆਉਂਦੀ ਪੀ ਬਾਲ, ਕਿਉਂ ਗੈਸ ਵਾਰਾ ਨਹੀਂ ਖਾਂਦਾ ਹੈਗਾ, ਗੈਸ ਬਹੁਤ ਮਹਿੰਗਾ ਹੈਗਾ ਅਤੇ ਗੈਸ ਕਿਹੜਾ ਹੈਗਾ ਉਹ ਵੀ ਘੱਟ ਹੀ ਇਸਤੇਮਾਲ ਕਰਨੀ ਹੈ, ਕਿਤੋਂ ਕੋਈ ਐਮਰਜੈਂਸੀ ਉਦੋਂ ਇਸਤੇਮਾਲ ਕਰਨੀ ਹੈਗਾ, ਬਕਾਇਆ ਲੱਕੜਾਂ ਹੀ ਇਸਤੇਮਾਲ ਕੀਤੀ ਵੀ ਹੈਗੀਆਂ, ਅਤੇ ਮੈਂ ਅੱਗ ਬਾਲਣਾ ਉੱਨੀ ਦੇਰ ਨੂੰ ਵੀ ਬਾਹਰ ਆ ਜਾਈ, ਬਾਲਦਾ ਪਿਆ ਹੈਗਾ ਬਲ ਪੀ ਅੱਗ ਬਾਲਦਾ ਪਿਆ ਅਤੇ ਲੱਕੜਾਂ 'ਤੇ ਪਹਿਲੇ ਚਾਹ ਪਕਾ ਲੈਂਦੀ ਹਾਂ, ਚਾਹ ਤੋਂ ਬਾਅਦ ਫਿਰ ਰੋਟੀਆਂ ਪਕਾ ਲਾਂ, ਰੋਟੀਆਂ ਨਸੀਬ ਨਹੀਂ ਪਕਾਉਣੀਆਂ ਅਤੇ ਚਾਹ ਰੱਖ ਦੇਈਏ। ਚਾਹ ਰੱਖ ਦੇਈਏ ਪਹਿਲੇ ਇਹਦਾ ਸਿਲੰਡਰ ਤਾਂ ਫਾਨ ਲਗਾ ਉਹਦੇ ਕਿਹਾ ਗੈਸ ਬੜੀ ਮਹਿੰਗੀ ਹੈ, ਬਾਹਰ ਅੱਗ ਬਾਲ ਲਾ ਕੀ ਤੂੰ ਵੀ ਵੇਖ ਖਰੀਦ ਵੀ ਉੱਠ ਗਿਆ ਨਾ ਅੱਗੇ, ਇੱਕ ਹੀ ਉੱਠਿਆ ਹੁਣ ਦੂਸਰਾ ਵੀ ਨਾਲ ਉੱਠ ਗਿਆ ਹੈ, ਇੱਕ ਰਹਿ ਗਿਆ ਬਸ ਫਰੀ ਸੁੱਤਾ ਹੋਇਆ, ਦੂਸਰਾ ਯਾਨ ਰਸ ਦਿੱਤੀ ਹੁਣ ਉੱਤੇ ਚਾਹ ਤੋਂ ਬਾਅਦ ਰੋਟੀਆਂ ਪੱਕਣੀਆਂ। ਅੱਜ ਧੁੱਪ ਨਿਕਲੀ, ਕੱਲ੍ਹ ਬੱਦਲ ਲੈ ਗਏ, ਅੱਜ ਮੌਸਮ ਸਾਫ਼ ਹੀ ਹੈ, ਅੱਜ ਮੌਸਮ ਬਿਲਕੁਲ ਸਾਫ਼ ਹੈ, ਕੱਲ੍ਹ ਸਾਡੇ ਕੋਲ ਬੱਦਲ ਲੈ ਹਨ, ਇਸ ਤਰ੍ਹਾਂ ਲੱਗਦਾ ਬਾਰਿਸ਼ ਆਈ ਅਤੇ ਬਾਰਿਸ਼ ਆਈ ਕੋਈ ਨਹੀਂ। ਅਤੇ ਮੀਂਹ ਦੇਗੀ ਤੁਹਾਨੂੰ ਮੇਰੇ ਆਸਤਾ ਬਲੌਗ ਪਸੰਦ ਆਉਣਗੇ, ਮੈਂ ਬਲੌਗ ਬਣਾਉਣੇ ਕਰ ਦਿੱਤੇ ਨਹੀਂ ਸ਼ੁਰੂ, ਅਤੇ ਆਸਤਾ ਆਸਤੇ ਪਲ ਆਏਗਾ ਬਣਾਉਣ ਦਾ। ਮੈਂ ਛੋਟੇ ਚੁੱਕ ਲਿਆ ਅਤੇ ਨਸੀਮ ਰੋਟੀਆਂ ਪਕਾਉਂਦੀ ਪੈ ਗਈ, ਰੋਂਦਾ ਪਿਆ, ਚਲੋ ਮੈਂ ਕਿਹਾ ਮੈਂ ਚੁੱਕਣਾ ਹੈਗਾ ਤੂੰ ਰੋਟੀਆਂ ਪਕਾ, ਚਾਹ ਪਾ ਗਈ ਅਤੇ ਨਸੀਮ ਕਿਹੜੀ ਹੈਗੀ ਉਹ ਰੋਟੀਆਂ ਪਕਾਉਂਦੀ ਪਈ, ਰੋਟੀਆਂ ਪਕਾਉਂਦੀ ਵੀ ਅਤੇ ਚਾਹ ਵੀ ਪਕਾ ਲਈ, ਚਾਹ ਪੱਕੀ ਪਈ ਹੈ ਅਤੇ ਬਸ ਰੋਟੀ ਨਹੀਂ ਰਹਿੰਦੀ ਹੈ, ਸਾਲਾਂ ਰਾਤ ਦਾ ਹੀ ਪਿਆ ਹੋਇਆ ਉਹੀ ਖਾਣਾ, ਅਤੇ ਇਹ ਬਹਿਣ ਹੀ ਨਹੀਂ ਦਿੰਦਾ, ਨਿੱਕਾ ਕਿਹੜਾ ਹੈਗਾ ਬਹਿਣ ਹੀ ਨਹੀਂ ਦਿੰਦਾ, ਫਿਰ ਮੈਂ ਚਲ ਬਹਿ ਬਹਿ ਜਾਂਦਾ ਯਾਦ ਬਸ ਲੈ ਕੇ ਖਲੋਤੇ ਹੀ ਰਹੋ, ਕਰ ਕੀ ਰਿਹਾ ਸ਼ਰਾਰਤਾਂ ਵੇਖੋ, ਹੈ ਸ਼ਰਾਰਤਾਂ ਕਰਦਾ ਹੈਗਾ, ਅਤੇ ਮੈਂ ਦੇ ਅੱਜ ਦਾ ਬਲੌਗ ਤੁਹਾਨੂੰ ਪਸੰਦ ਆਏਗਾ, ਅੱਜ ਦਾ ਬਲੌਗ ਕਿਤਨਾ ਹੀ ਕਾਫੀ ਹੈਗਾ, ਕਿਉਂਕਿ ਰੋਟੀਆਂ ਪਕਾਉਣੀਆਂ ਤਾਂ ਅੱਗੇ ਤੁਹਾਨੂੰ ਖਾਣੀਆਂ ਹੀ ਹੁੰਦੀਆਂ, ਹੈ ਯਾਰ ਵੀ ਉੱਠ ਕੇ ਆ ਗਿਆ, ਸਾਰੇ ਹੀ ਉਦੋਂ ਉੱਠ ਗਏ, ਮੈਨੂੰ ਹੈ ਫਰੀਦ ਵੀ ਆ ਗਿਆ, ਉਹ ਸਭ ਲਈ ਸਾਰੀ ਫੈਮਿਲੀ ਇਕੱਠੀ ਹੋ ਗਿਆ, ਸਾਰੇ ਹੀ ਉੱਠ ਗਏ ਨੇ ਹੁਣ ਹੌਲੀ ਹੌਲੀ ਇੱਕ ਇੱਕ ਕਰਕੇ ਸਾਰੇ ਹੀ ਉੱਠ ਗਏ ਹੋਏ ਨੇ, ਹੁਣ ਕੋਈ ਵੀ ਨਹੀਂ ਰਹਿ ਗਿਆ, ਅਤੇ ਇਹ ਅੱਜ ਦਾ ਬਲੌਗ ਯਾਨ ਫਰੀਦ ਹੁਣ ਕਰਦੇ ਪਏ ਨੇ ਰੋਟੀ ਦਾ ਇੰਤਜ਼ਾਰ, ਰੋਟੀ ਸਾਨੂੰ ਵੀ ਮਿਲੇ, ਯਾਨ ਖਲੋ ਕੇ ਵਿਹਦਾ ਪਿਆ ਗਿਆ ਅਤੇ ਫਰੀਦ ਕਿਹੜਾ ਬੈਠਾ ਹੋਇਆ, ਤੂੰ ਰੋਟੀ ਸਹੀ ਹੋਇਆ ਸਹੀ ਹੋਇਆ, ਉਹ ਬੈਠਾ ਹੋਇਆ ਚੁੱਲ੍ਹੇ ਚੁੱਲ੍ਹੇ ਦੇ ਕੋਲ ਤਵੇ ਦੇ, ਉਹਨੇ ਰੋਟੀ ਉੱਤੇ ਪਾਈ ਅਤੇ ਉਹਦਾ ਗਿਆ ਹੱਥ ਸੜ, ਹੁਣ ਉਹਨੇ ਕਿਹਾ ਪਿੱਛੇ ਹੋ ਜਾ ਪਿੱਛੇ ਹੋ ਜਾ, ਹੋਇਆ ਨਹੀਂ ਤਾਂ ਹੁਣ ਹੱਥ ਸੜਿਆ ਸੋਡੇ ਛਿੱਟਾਂ ਪਈਆਂ ਨੇ ਘਿਓ ਦੀਆਂ, ਅਤੇ ਉੱਠਿਆ ਭਾਜੀ ਕੀ ਹੁਣ ਆਪੇ ਪਤਾ ਲੱਗਿਆ ਤੁਹਾਡੇ ਹੱਥ ਨਹੀਂ ਗਿਆ ਹੈਗਾ, ਅਤੇ ਹੁਣ ਹੱਥ ਸੜਿਆ ਨਾ ਅਤੇ ਫਿਰ ਆਪੇ ਉੱਠ ਗਿਆ,
ਨਹੀਂ ਇਹਨੂੰ ਪਤਾ ਨਹੀਂ ਹੈ ਇੱਥੇ ਕਿਉਂ ਅਤੇ ਇੱਥੇ ਕਿਉਂ ਬੈਠਾ ਹੈ। ਉਹ ਠੀਕ ਜਾਵੇ ਆ ਪਤਾ ਵਿੱਚ ਚੁੱਲ੍ਹੇ ਤੇ ਵੜਿਆ ਹੁਣ ਕਿਹੜੀ ਠੰਡ ਹੈ, ਠੰਡ ਹੋਵੇ ਮੁੜ ਵੀ ਹੁੰਦਾ, ਠੰਡ ਆਈ ਹੋਈ ਚੁੱਲ੍ਹੇ ਤੇ ਵੜਿਆ। ਚਲੋ ਕੁਛ ਨਹੀਂ ਹੁੰਦਾ ਬਚ ਗਿਆ, ਕੁਛ ਨਹੀਂ ਹੁੰਦਾ ਬਚ ਗਿਆ। ਸੁਬਹ ਸੁਬਾਹ ਸਾੜ ਕੇ ਦੁੱਧ 'ਤੇ ਛਿੱਟਾ ਪਾ ਲਈਆਂ, ਸੁਬਹ ਉਹਦੀ ਮਾਂ ਹੁਣ ਦਾ ਆਟਾ ਲਾਉਂਦੀ ਵੀ ਕਿੱਥੇ ਸੜਿਆ ਸੀ ਅਤੇ ਉਹਦੀਆਂ ਛਿੱਟਾਂ ਪਈਆਂ ਨਾ ਉੱਥੇ ਲਾਉਂਦੀ ਵੀ। ਓਏ ਤੂੰ ਤਾਂ ਕਿਉਂ ਜਾ ਇਹ ਕਿਹੜਾ ਹੈਗਾ, ਮੈਨੂੰ ਤੰਗ ਕੀਤੀ ਖਿਲਾ ਹੈ, ਇਹ ਮੈਨੂੰ ਤੰਗ ਕਰ ਪਤਾ ਤਾਂ ਹੈਗਾ ਜੀ ਟੀਟ ਹੈਗਾ, ਟੀਟ ਹੀ ਬੜਾ। ਹੁਣ ਸਹੀ ਹੋਇਆ ਆਣ ਕੇ ਬਹਿ ਜਾ ਫਿਰ, ਹੁਣ ਸਕੂਨ ਨਾਲ ਮਾਂ ਦੇ ਮਗਰ ਖਲਾ ਹੋਇਆ ਖੜਿਆ ਨਾ ਉੱਥੇ ਖਲੋਤਾ, ਸਾਨੂੰ ਸਾਡੇ ਅੱਖ ਤਾਂ ਲੱਗਿਆ ਨਹੀਂ ਪਿੱਲੇ ਕਿਉਂ ਪੈਣ ਆਪੇ ਬਾਜੀ ਕਿਉਂ ਉੱਠ ਕੇ ਗਏ ਨੇ। ਬੱਚੇ ਕਿਹੜੇ ਹੈਗੇ ਨੇ ਆਪਦੀ ਮਰਜ਼ੀ ਕਰਦੇ ਨੇ ਕਿਸੇ ਕਹਿਣ, ਵੱਡਾ ਤਾਂ ਫਿਰ ਵੀ ਅੱਖ ਲੱਗ ਜਾਂਦਾ ਉਹ ਬਿਲਕੁਲ ਕਿਹੜਾ ਹੈਗਾ ਫਰੀਦ, ਉਹ ਅੱਖ ਲੱਗਦਾ ਹੀ ਨਹੀਂ। ਬਸ ਇੱਕ 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 ਬੜੀ ਹੈ ਵੀ ਇੱਥੇ ਸੁਬਹ ਸੁਬਹ ਕੀ ਖਾਧੀ ਨਹੀਂ ਜਾਂਦੀ ਹੈ, ਕਹਿੰਦੀ ਵੀ ਮੈਂ ਇੱਕ ਹੀ ਪਕਾਉਣੀ, ਮੈਂ ਕਿਹਾ ਇੱਕ ਹੀ ਬਹੁਤ ਹੈਗੀ ਹੈ ਕਿ ਸੁਬਹ ਸੁਬਹ ਇੱਕ ਹੀ ਬਹੁਤ, ਕਿਉਂ ਜ਼ਿਆਦਾ ਤਾਂ ਖਾਧੀ ਨਹੀਂ ਜਾਂਦੀ, ਦੁਪਹਿਰ ਨੂੰ ਹੁੰਦਾ ਬੰਦਾ ਇੱਕ ਦੋ ਇੱਕ ਖਾ ਲੈਂਦਾ। ਅੱਜ ਲਿਓ ਸਰ ਸਰ ਉਹਨੇ ਮੁੱਕਿਆ ਹੋਇਆ, ਅੱਜ ਲਿਓ ਸਰ ਸਰ ਉਹਦੇ ਸਾਬਣ, ਕੰਮ ਤੋਂ ਜਲਦੀ ਆ ਗਿਆ ਤੇ ਲਿਓ ਸਰ। ਸਾਰੇ ਹੁਣ ਇਕੱਠੇ ਜੀ ਬਹਿ ਗਏ ਨੇ ਰੋਟੀ ਖਾਵਾਂ ਦੀ ਇੰਤਜ਼ਾਰ, ਰੋਟੀ ਉਹਨਾਂ ਨੂੰ ਰੋਟੀ ਮਿਲ ਗਈ ਖਾਣ ਲੱਗੇ ਨੇ ਆਪੋ, ਸਿਰਫ ਮੈਂ ਹੀ ਰਹਿ ਗਿਆ ਮੈਨੂੰ ਇੰਨੀ ਨਹੀਂ ਖਾ ਦੇਣੀ, ਜਾਂ ਨਿੱਕੇ ਨੇ ਨਿੱਕਾ ਸ਼ਰਾਰਤੀ ਬੜਾ, ਅੰਦਰ ਚਲੇ ਜਾਓ ਅੰਦਰ ਕਿ ਇੱਥੇ ਬੈਠਾ ਨਹੀਂ ਆਉਣ ਤਾਂ ਗਿਆ ਅੰਦਰ, ਅਤੇ ਫਰੀਦ ਦਾ ਪਤਾ ਨਹੀਂ ਫਰੀਦ ਇੱਥੇ ਬੈਠ ਗਏ, ਫਰੀਦ ਤੋਂ ਇੱਥੇ ਬੈਠਾ ਨਹੀਂ।